ਮੈਂ ਜੀ ਕੱਲ੍ਹ ਦੁਕਾਨ ਤੇ 2:45 ਵਜੇ ਆਇਆ, ਠੀਕ ਨਾ ਹੋਣ ਕਰਕੇ। ਜਦੋਂ ਆ ਕੇ ਦੇਖਿਆ ਤਾਂ ਇੱਥੇ ਤਾਲੇ ਤੁਲੇ ਹੈ ਹੀ ਨਹੀਂ, ਤੋੜੇ ਤੋੜੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਟ ਕੇ। ਸਮਾਨ ਮੈਂ ਜਦੋਂ ਸ਼ਟਰ ਚੱਕਿਆ, ਗੋਲਬ ਟੁੱਟੀ ਪਈ, ਗੱਲਾ ਖਿਲਰਿਆ ਪਿਆ ਸਾਰਾ। ਉਸ ਤੋਂ ਬਾਅਦ ਆਪਣਾ ਪਰੇ ਕੈਸ਼ ਨੇ ਰੱਖਦਾ, ਉਹ 1600-1300 ਉਹ ਗੈਪ। ਫਿਰ ਮੈਨੂੰ 11 ਕਹਿਣ ਤਾਂ ਪਰੇ ਉਹ ਮੋਸਟਰ ਦੇ ਉੱਥੋਂ ਲੱਭੇ, ਛੇ ਇੱਕ 6 ਦਾ ਬੰਦ ਹੀ, ਇੱਕ 6 ਵਾਲੇ 'ਚੋਂ ਇੱਕ ਕੱਢਿਆ ਹੋਇਆ, 5 ਪਤਾ ਨਹੀਂ ਕੋਈ ਆ ਗਿਆ ਤਾਂ ਸੁੱਟ ਗਏ, ਕੀ ਬਹਾਨਾ ਬਣਿਆ ਰੱਬ ਜਾਣੇ। ਫਰਿੱਜਾਂ ਹਿੱਲੀਆਂ ਪਈਆਂ, ਮੇਰੇ ਹਿਸਾਬ ਨਾਲ ਕਿਤੇ ਫਰਿੱਜਾਂ ਹੀ ਨਹੀਂ ਕੋਈ ਲੱਦਣ ਦੀ ਸਕੀਮ ਸੀ। ਮੈਂ ਜੀ ਕੱਲ੍ਹ ਦੁਕਾਨ ਤੇ 2:45 ਵਜੇ ਆਇਆ, ਠੀਕ ਨਾ ਹੋਣ ਕਰਕੇ। ਜਦੋਂ ਆ ਕੇ ਦੇਖਿਆ ਤਾਂ ਇੱਥੇ ਤਾਲੇ ਤੁਲੇ ਹੈ ਹੀ ਨਹੀਂ, ਤੋੜੇ ਤੋੜੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਟ ਕੇ। ਸਮਾਨ ਮੈਂ ਜਦੋਂ ਸ਼ਟਰ ਚੱਕਿਆ, ਗੋਲਬ ਟੁੱਟੀ ਪਈ, ਗੱਲਾ ਖਿਲਰਿਆ ਪਿਆ ਸਾਰਾ। ਉਸ ਤੋਂ ਬਾਅਦ ਆਪਣਾ ਪਰੇ ਕੈਸ਼ ਨੇ ਰੱਖਦਾ, ਉਹ 1600-1300 ਉਹ ਗੈਪ। ਫਿਰ ਮੈਨੂੰ 11 ਕਹਿਣ ਤਾਂ ਪਰੇ ਉਹ ਮੋਸਟਰ ਦੇ ਉੱਥੋਂ ਲੱਭੇ, ਛੇ ਇੱਕ 6 ਦਾ ਬੰਦ ਹੀ, ਇੱਕ 6 ਵਾਲੇ 'ਚੋਂ ਇੱਕ ਕੱਢਿਆ ਹੋਇਆ, 5 ਪਤਾ ਨਹੀਂ ਕੋਈ ਆ ਗਿਆ ਤਾਂ ਸੁੱਟ ਗਏ, ਕੀ ਬਹਾਨਾ ਬਣਿਆ ਰੱਬ ਜਾਣੇ। ਫਰਿੱਜਾਂ ਹਿੱਲੀਆਂ ਪਈਆਂ, ਮੇਰੇ ਹਿਸਾਬ ਨਾਲ ਕਿਤੇ ਫਰਿੱਜਾਂ ਹੀ ਨਹੀਂ ਕੋਈ ਲੱਦਣ ਦੀ ਸਕੀਮ ਸੀ। ਮੈਂ ਜੀ ਕੱਲ੍ਹ ਦੁਕਾਨ ਤੇ 2:45 ਵਜੇ ਆਇਆ, ਠੀਕ ਨਾ ਹੋਣ ਕਰਕੇ। ਜਦੋਂ ਆ ਕੇ ਦੇਖਿਆ ਤਾਂ ਇੱਥੇ ਤਾਲੇ ਤੁਲੇ ਹੈ ਹੀ ਨਹੀਂ, ਤੋੜੇ ਤੋੜੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਟ ਕੇ। ਸਮਾਨ ਮੈਂ ਜਦੋਂ ਸ਼ਟਰ ਚੱਕਿਆ, ਗੋਲਬ ਟੁੱਟੀ ਪਈ, ਗੱਲਾ ਖਿਲਰਿਆ ਪਿਆ ਸਾਰਾ। ਉਸ ਤੋਂ ਬਾਅਦ ਆਪਣਾ ਪਰੇ ਕੈਸ਼ ਨੇ ਰੱਖਦਾ, ਉਹ 1600-1300 ਉਹ ਗੈਪ। ਫਿਰ ਮੈਨੂੰ 11 ਕਹਿਣ ਤਾਂ ਪਰੇ ਉਹ ਮੋਸਟਰ ਦੇ ਉੱਥੋਂ ਲੱਭੇ, ਛੇ ਇੱਕ 6 ਦਾ ਬੰਦ ਹੀ, ਇੱਕ 6 ਵਾਲੇ 'ਚੋਂ ਇੱਕ ਕੱਢਿਆ ਹੋਇਆ, 5 ਪਤਾ ਨਹੀਂ ਕੋਈ ਆ ਗਿਆ ਤਾਂ ਸੁੱਟ ਗਏ, ਕੀ ਬਹਾਨਾ ਬਣਿਆ ਰੱਬ ਜਾਣੇ। ਫਰਿੱਜਾਂ ਹਿੱਲੀਆਂ ਪਈਆਂ, ਮੇਰੇ ਹਿਸਾਬ ਨਾਲ ਕਿਤੇ ਫਰਿੱਜਾਂ ਹੀ ਨਹੀਂ ਕੋਈ ਲੱਦਣ ਦੀ ਸਕੀਮ ਸੀ। ਮੈਂ ਜੀ ਕੱਲ੍ਹ ਦੁਕਾਨ ਤੇ 2:45 ਵਜੇ ਆਇਆ, ਠੀਕ ਨਾ ਹੋਣ ਕਰਕੇ। ਜਦੋਂ ਆ ਕੇ ਦੇਖਿਆ ਤਾਂ ਇੱਥੇ ਤਾਲੇ ਤੁਲੇ ਹੈ ਹੀ ਨਹੀਂ, ਤੋੜੇ ਤੋੜੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਟ ਕੇ। ਸਮਾਨ ਮੈਂ ਜਦੋਂ ਸ਼ਟਰ ਚੱਕਿਆ, ਗੋਲਬ ਟੁੱਟੀ ਪਈ, ਗੱਲਾ ਖਿਲਰਿਆ ਪਿਆ ਸਾਰਾ। ਉਸ ਤੋਂ ਬਾਅਦ ਆਪਣਾ ਪਰੇ ਕੈਸ਼ ਨੇ ਰੱਖਦਾ, ਉਹ 1600-1300 ਉਹ ਗੈਪ। ਫਿਰ ਮੈਨੂੰ 11 ਕਹਿਣ ਤਾਂ ਪਰੇ ਉਹ ਮੋਸਟਰ ਦੇ ਉੱਥੋਂ ਲੱਭੇ, ਛੇ ਇੱਕ 6 ਦਾ ਬੰਦ ਹੀ, ਇੱਕ 6 ਵਾਲੇ 'ਚੋਂ ਇੱਕ ਕੱਢਿਆ ਹੋਇਆ, 5 ਪਤਾ ਨਹੀਂ ਕੋਈ ਆ ਗਿਆ ਤਾਂ ਸੁੱਟ ਗਏ, ਕੀ ਬਹਾਨਾ ਬਣਿਆ ਰੱਬ ਜਾਣੇ। ਫਰਿੱਜਾਂ ਹਿੱਲੀਆਂ ਪਈਆਂ, ਮੇਰੇ ਹਿਸਾਬ ਨਾਲ ਕਿਤੇ ਫਰਿੱਜਾਂ ਹੀ ਨਹੀਂ ਕੋਈ ਲੱਦਣ ਦੀ ਸਕੀਮ ਸੀ। ਮੈਂ ਜੀ ਕੱਲ੍ਹ ਦੁਕਾਨ ਤੇ 2:45 ਵਜੇ ਆਇਆ, ਠੀਕ ਨਾ ਹੋਣ ਕਰਕੇ। ਜਦੋਂ ਆ ਕੇ ਦੇਖਿਆ ਤਾਂ ਇੱਥੇ ਤਾਲੇ ਤੁਲੇ ਹੈ ਹੀ ਨਹੀਂ, ਤੋੜੇ ਤੋੜੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਟ ਕੇ। ਸਮਾਨ ਮੈਂ ਜਦੋਂ ਸ਼ਟਰ ਚੱਕਿਆ, ਗੋਲਬ ਟੁੱਟੀ ਪਈ, ਗੱਲਾ ਖਿਲਰਿਆ ਪਿਆ ਸਾਰਾ। ਉਸ ਤੋਂ ਬਾਅਦ ਆਪਣਾ ਪਰੇ ਕੈਸ਼ ਨੇ ਰੱਖਦਾ, ਉਹ 1600-1300 ਉਹ ਗੈਪ। ਫਿਰ ਮੈਨੂੰ 11 ਕਹਿਣ ਤਾਂ ਪਰੇ ਉਹ ਮੋਸਟਰ ਦੇ ਉੱਥੋਂ ਲੱਭੇ, ਛੇ ਇੱਕ 6 ਦਾ ਬੰਦ ਹੀ, ਇੱਕ 6 ਵਾਲੇ 'ਚੋਂ ਇੱਕ ਕੱਢਿਆ ਹੋਇਆ, 5 ਪਤਾ ਨਹੀਂ ਕੋਈ ਆ ਗਿਆ ਤਾਂ ਸੁੱਟ ਗਏ, ਕੀ ਬਹਾਨਾ ਬਣਿਆ ਰੱਬ ਜਾਣੇ। ਫਰਿੱਜਾਂ ਹਿੱਲੀਆਂ ਪਈਆਂ, ਮੇਰੇ ਹਿਸਾਬ ਨਾਲ ਕਿਤੇ ਫਰਿੱਜਾਂ ਹੀ ਨਹੀਂ ਕੋਈ ਲੱਦਣ ਦੀ ਸਕੀਮ ਸੀ। ਮੈਂ ਜੀ ਕੱਲ੍ਹ ਦੁਕਾਨ ਤੇ 2:45 ਵਜੇ ਆਇਆ, ਠੀਕ ਨਾ ਹੋਣ ਕਰਕੇ। ਜਦੋਂ ਆ ਕੇ ਦੇਖਿਆ ਤਾਂ ਇੱਥੇ ਤਾਲੇ ਤੁਲੇ ਹੈ ਹੀ ਨਹੀਂ, ਤੋੜੇ ਤੋੜੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਟ ਕੇ। ਸਮਾਨ ਮੈਂ ਜਦੋਂ ਸ਼ਟਰ ਚੱਕਿਆ, ਗੋਲਬ ਟੁੱਟੀ ਪਈ, ਗੱਲਾ ਖਿਲਰਿਆ ਪਿਆ ਸਾਰਾ। ਉਸ ਤੋਂ ਬਾਅਦ ਆਪਣਾ ਪਰੇ ਕੈਸ਼ ਨੇ ਰੱਖਦਾ, ਉਹ 1600-1300 ਉਹ ਗੈਪ। ਫਿਰ ਮੈਨੂੰ 11 ਕਹਿਣ ਤਾਂ ਪਰੇ ਉਹ ਮੋਸਟਰ ਦੇ ਉੱਥੋਂ ਲੱਭੇ, ਛੇ ਇੱਕ 6 ਦਾ ਬੰਦ ਹੀ, ਇੱਕ 6 ਵਾਲੇ 'ਚੋਂ ਇੱਕ ਕੱਢਿਆ ਹੋਇਆ, 5 ਪਤਾ ਨਹੀਂ ਕੋਈ ਆ ਗਿਆ ਤਾਂ ਸੁੱਟ ਗਏ, ਕੀ ਬਹਾਨਾ ਬਣਿਆ ਰੱਬ ਜਾਣੇ। ਫਰਿੱਜਾਂ ਹਿੱਲੀਆਂ ਪਈਆਂ, ਮੇਰੇ ਹਿਸਾਬ ਨਾਲ ਕਿਤੇ ਫਰਿੱਜਾਂ ਹੀ ਨਹੀਂ ਕੋਈ ਲੱਦਣ ਦੀ ਸਕੀਮ ਸੀ।